ਸਾਡੇ ਨਾਲ ਕੁਛ ਸਟੂਡੈਂਟ ਖੜ੍ਹੇ ਨੇ, ਕਾਲਜ ਦੇ ਸਟੂਡੈਂਟ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜਾ ਅੱਜ ਐਨਕਾਊਂਟਰ ਕੀਤਾ ਗਿਆ ਹੈਗਾ ਕਿੱਦਾਂ ਦਾ ਇਹਨਾਂ ਨੂੰ ਲੱਗਿਆ ਇਹਦੇ ਵਿੱਚ? ਹਾਂਜੀ, ਕੀ ਨਾਮ ਜੀ ਤੁਹਾਡਾ? ਹਾਂਜੀ ਵੀਰਪਾਲ ਕੌਰ। ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਵਧੀਆ ਕੀਤਾ ਗਿਆ, ਹੈਦਰਾਬਾਦ ਦੀ ਪੁਲਿਸ ਨੂੰ ਸਲੂਟ ਆ ਸਾਡੇ ਵੱਲੋਂ ਕਿ ਜਿਹੜਾ ਇਹ ਕੰਮ ਕੀਤਾ ਗਿਆ ਕਿ ਇਹਦੇ ਨਾਲ ਕਿ ਬਾਕੀ ਗਰਲਸ ਨੂੰ ਵੀ ਕਿ ਇੱਕ ਪਾਵਰ ਮਿਲ ਚੁੱਕੀ ਹੈ, ਅਤੇ ਅੱਜ ਇੱਕ ਸਾਨੂੰ ਕੀ ਹੈ ਕਿ ਅਸੀਂ ਗਰਲਸ ਆਉਂਦੇ ਸਾਨੂੰ ਹੌਸਲਾ ਮਿਲ ਰਿਹਾ ਕਿ ਜੇ ਇਹੀ ਕੰਮ ਪੰਜਾਬ ਪੁਲਿਸ ਵੀ ਕਰੇ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜੇ ਘਟਨਾਵਾਂ ਹੋਣਗੀਆਂ ਫਿਊਚਰ ਦੇ ਵਿੱਚ ਉਹ ਰੋਕੀਆਂ ਜਾ ਸਕਦੀਆਂ। ਅਸੀਂ ਦੇਖਿਆ ਹੈ ਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਕਈ ਕਈ ਸਾਲ ਤੱਕ ਕੋਰਟਸ ਦੇ ਵਿੱਚ ਕੇਸ ਚੱਲਦੇ ਰਹਿੰਦੇ ਹੈ ਅਤੇ ਫਿਰ ਵੀ ਲੜਕੀਆਂ ਨੂੰ ਉਹਨਾਂ ਦੇ ਫੈਮਿਲੀ ਵਾਲਿਆਂ ਨੂੰ ਕਦੇ ਇਨਸਾਫ ਨਹੀਂ ਮਿਲਦਾ, ਔਰ ਉਹ ਜਿਹੜੇ ਵੀ ਗੁਨਾਹਗਾਰ ਹੁੰਦੇ ਨੇ ਉਹ ਬਹੁਤ ਜਲਦੀ ਆਪਣੇ ਜੇਲ੍ਹ ਦੇ ਵਿੱਚੋਂ ਛੁੱਟ ਜਾਂਦੇ ਨੇ ਜਾਂ ਜ਼ਮਾਨਤ 'ਤੇ ਰਿਹਾਅ ਹੋ ਜਾਂਦੇ ਨੇ ਅਤੇ ਕਾਫੀ ਕਾਫੀ ਦੇਰ ਤੱਕ ਕੋਰਟਸ ਦੇ ਵਿੱਚ ਉਸੇ ਤਰ੍ਹਾਂ ਕੇਸ ਲਟਕਦੇ ਰਹਿੰਦੇ ਨੇ ਅਤੇ ਲੜਕੀਆਂ ਦੀ ਲਾਈਫ ਖਰਾਬ ਹੋ ਜਾਂਦੀ ਹੈ। ਅੱਜ ਕਿੱਦਾਂ ਲੱਗ ਰਿਹਾ ਤੁਹਾਨੂੰ? ਕਿੱਦਾਂ? ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸੁਣ ਕੇ ਕਿ ਇਨਕਾਊਂਟਰ ਹੋ ਚੁੱਕਿਆ ਉਹਨਾਂ ਦਾ ਔਰ ਉਸ ਲੜਕੀ ਨੂੰ ਇਨਸਾਫ ਮਿਲ ਚੁੱਕਿਆ। ਮੈਂ ਹੋਰ ਵੀ ਕੁਝ ਸਟੂਡੈਂਟ ਹੈਗੇ ਨੇ, ਅੱਜ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਵਰਸ਼ਾ ਹੈ। ਮੈਨੂੰ ਇਹ ਸੁਣ ਕੇ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਕਿ ਉਹਨੂੰ ਇਨਸਾਫ ਮਿਲ ਚੁੱਕਿਆ, ਅਤੇ ਹੁਣ ਅੱਜ ਕੱਲ੍ਹ ਦੀ ਕੁੜੀਆਂ ਦਾ ਕੌਨਫੀਡੈਂਸ ਵੀ ਹੋਰ ਜ਼ਿਆਦਾ ਵੱਧ ਗਿਆ ਹੈ ਕਿ ਆਪਣੇ ਆਪ ਨੂੰ ਸੇਫ ਵੀ ਮਹਿਸੂਸ ਕਰਨਗੀਆਂ, ਅਤੇ ਇਹ ਪੁਲਿਸ ਵੱਲੋਂ ਵੀ ਉਹਨਾਂ ਨੂੰ ਸੇਫਟੀ ਜ਼ਿਆਦਾ ਹੋ ਜਾਏਗੀ, ਅਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਸੁਣ ਕੇ ਕਿ ਉਹਨਾਂ ਦਾ ਇਨਕਾਊਂਟਰ ਹੋ ਚੁੱਕਿਆ। ਕੁੜੀਆਂ ਦੇ ਵਿੱਚ ਜਿਹੜੀ ਆ ਵਿਲ ਪਾਵਰ ਜਿਹੜੀ ਹੈ ਜਾਗੂਗੀ ਔਰ ਉਹਨਾਂ ਨੂੰ ਲੱਗਦਾ ਵੀ ਕਾਫੀ ਇਨਸਾਫ ਮਿਲੂਗਾ। ਹੋਰ ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੰਸਕ੍ਰਿਤੀ ਸ਼ਰਮਾ ਹੈ, ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਡਾਕਟਰ ਰੈਡੀ ਦਾ ਜੋ ਕੇਸ ਸੀਗਾ ਉਹਨਾਂ ਨੂੰ ਇਨਸਾਫ ਮਿਲਿਆ, ਉਹਨਾਂ ਦੀ ਫੈਮਿਲੀ ਨੂੰ ਇਨਸਾਫ ਮਿਲਿਆ, ਉਹ ਬਹੁਤ ਵਧੀਆ ਗੱਲ ਹੈ। ਇਹ ਜੋ ਵੀ ਕੀਤਾ ਬਹੁਤ ਵਧੀਆ ਕੀਤਾ, ਅੱਗੇ ਤੋਂ ਅਗਰ ਕੋਈ ਪਰਸਨ ਦੇ ਦਿਮਾਗ ਦੇ ਵਿੱਚ ਇੱਦਾਂ ਦੀ ਵੀ ਕੋਈ ਚੀਜ਼ ਆਊਗੀ ਉਹ 100 ਵਾਰੀ ਪਹਿਲਾਂ ਸੋਚੂਗਾ ਕਿ ਮੈਂ ਕਿਸੇ ਲੜਕੀ ਦੇ ਨਾਲ ਗਲਤ ਕਰਾਂ ਜਾਂ ਨਾ ਕਰਾਂ। ਸੋ ਇਹ ਚੀਜ਼ ਬਹੁਤ ਵਧੀਆ ਹੋਈ ਕਿ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ, ਅੱਜ ਤੋਂ ਬਾਅਦ ਲੜਕੀ ਆਪਣੇ ਆਪ ਨੂੰ ਸੇਫ ਫੀਲ ਕਰਨਗੀਆਂ, ਚਾਹੇ ਉਹ ਰਾਤ ਨੂੰ ਜਿਵੇਂ ਕੋਈ ਜੋਬ ਕਰਦੀ ਆ ਲੜਕੀਆਂ ਰਾਤ ਨੂੰ ਨਿਕਲਦੀਆਂ, ਸੋ ਸੇਫ ਫੀਲ ਕਰਨਗੀਆਂ ਔਰ ਆਰਾਮ ਨਾਲ ਆਪਣੇ ਘਰ ਜਾ ਸਕਣਗੀਆਂ, ਉਹਨਾਂ ਨੂੰ ਇਹ ਨਹੀਂ ਲੱਗੂਗਾ ਕਿ ਉਹਨਾਂ ਨਾਲ ਕੁਛ ਗਲਤ ਹੋ ਸਕਦਾ। ਸੋ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਹੈਦਰਾਬਾਦ ਦੀ ਪੁਲਿਸ ਨੇ ਇੰਨਾ ਵੱਡਾ ਫੈਸਲਾ ਲਿੱਤਾ, ਅਤੇ ਪੰਜਾਬ ਪੁਲਿਸ ਵੀ ਲੈ ਸਕਦੀ ਆ, ਪੰਜਾਬ ਦੇ ਵਿੱਚ ਵੀ ਕੁਛ ਲੜਕੀਆਂ ਹੈਗੀਆਂ ਜਿਹੜੀਆਂ ਸੇਫ ਫੀਲ ਨਹੀਂ ਕਰਦੀਆਂ, ਸੋ ਪੰਜਾਬ ਪੁਲਿਸ ਵੀ ਕੁਛ ਕਰ ਸਕਦੀ ਆ ਇਸ ਦੇ ਖਿਲਾਫ ਅਗਰ ਕੋਈ ਇੱਦਾਂ ਦਾ ਕੇਸ ਹੋਊਗਾ। ਵੈਸੇ ਮੈਨੂੰ ਤਾਂ ਨਹੀਂ ਲੱਗਦਾ ਇਸ ਤੋਂ ਬਾਅਦ ਕੁਛ ਇੱਦਾਂ ਦਾ ਹੋਊਗਾ, ਕਿਉਂਕਿ ਇਸ ਤੋਂ ਬਾਅਦ ਲੜਕੀਆਂ 'ਚ ਹਿੰਮਤ ਆ ਗਈ, ਆਪਣਾ ਸੈਲਫ ਡਿਫੈਂਸ ਵੀ ਕਰ ਸਕਦੀਆਂ ਹੈ ਔਰ ਲੜਕੇ ਵੀ ਇਸ ਬਾਰੇ ਨਹੀਂ ਸੋਚਣਗੇ ਕੁਛ ਕਰਨ ਦੇ ਲਈ। ਥੈਂਕ ਯੂ। ਮੈਨੂੰ ਬਹੁਤ ਖੁਸ਼ੀ ਹੋਈ ਕਿ ਜੋ ਹੈਦਰਾਬਾਦ ਪੁਲਿਸ ਨੇ ਇਹ ਸਟੈਪ ਚੁੱਕਿਆ, ਉਹਨਾਂ ਦਾ ਇਨਕਾਊਂਟਰ ਕੀਤਾ, ਇਹਦੇ ਨਾਲ ਕੀ ਹੈ ਕਿ ਹੁਣ ਜਿਹੜੀਆਂ ਪੰਜਾਬ 'ਚ ਵੀ ਗਰਲਸ ਹੈ ਜਾਂ ਪੂਰੇ ਵਰਲਡ 'ਚ ਗਰਲਸ ਹੈ ਉਹ ਸੇਫ ਫੀਲ ਕਰਨਗੀਆਂ, ਜਾਂ ਇਹਦੇ ਆਈ ਥਿੰਕ ਫਿਊਚਰ ਦੇ ਵਿੱਚ ਇਹ ਚੀਜ਼ ਹੁਣ ਦੁਬਾਰਾ ਨਹੀਂ ਹੋਏਗੀ, ਫਿਰ ਗਰਲਸ ਵੀ ਕੌਨਫੀਡੈਂਟ ਜਾਂ ਸੇਫਲੀ ਆਪਣੇ ਘਰ ਤੋਂ ਬਾਅਦ ਕਿਤੇ ਵੀ ਜਾ ਸਕਣਗੀਆਂ, ਅਤੇ ਬੋਇਜ਼ ਵੀ ਇਹ ਕੰਮ ਦੁਬਾਰਾ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਣਗੇ ਕਿ ਉਹਨਾਂ ਦਾ ਕੀ ਅੱਗੇ ਜਾ ਕੇ ਉਹਨਾਂ ਦਾ ਰਿਜ਼ਲਟ ਹੋਏਗਾ। ਸੋ ਮੈਨੂੰ ਇਸ ਬਾਰੇ ਬਹੁਤ ਖੁਸ਼ੀ ਹੋਈ ਕਿ ਹੈਦਰਾਬਾਦ ਪੁਲਿਸ ਨੇ ਬਹੁਤ ਵੱਡਾ ਸਟੈਪ ਚੱਕਿਆ। ਮੈਂ ਇਹ ਸੋਚਦੀ ਹਾਂ ਕਿ ਨੈਕਸਟ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਹੁੰਦਾ ਵਰਲਡ ਦੇ ਵਿੱਚ, ਗਵਰਨਮੈਂਟ ਨੂੰ ਪੁਲਿਸ ਨੂੰ ਪੂਰਾ ਉਸ ਚੀਜ਼ ਦਾ ਸਟ੍ਰਿਕਟ ਐਕਸ਼ਨਸ ਲੈਣੇ ਚਾਹੀਦੇ ਹੈ। ਇਹ ਸੀ ਸਾਡੇ ਨਾਲ ਕਾਲਜ ਦੀਆਂ ਲੜਕੀਆਂ ਜਿਨ੍ਹਾਂ ਨੇ ਅੱਜ ਬੜੀ ਖੁਸ਼ੀ ਮਹਿਸੂਸ ਕੀਤੀ ਹੈ ਔਰ ਇਹ ਸੋਚਦੀਆਂ ਨੇ ਕਿ ਸਾਨੂੰ ਅੱਜ ਇੰਨਾ ਕੁ ਹੌਸਲਾ ਮਿਲ ਗਿਆ ਕਿ ਹੁਣ ਜੇ ਕੋਈ ਅਸੀਂ ਇਕੱਲੀਆਂ ਵੀ ਬਾਜ਼ਾਰ 'ਚ ਜਾਂਦੀਆਂ ਹੈਗੀਆਂ ਅਤੇ ਕੋਈ ਲੜਕਾ ਜਿਹੜਾ ਸਾਡੇ ਨਾਲ ਛੇੜਖਾਨੀ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਸੋਚੂਗਾ ਕਿ ਮੇਰੇ ਨਾਲ ਵੀ ਇਹੋ ਜਿਹਾ ਹਾਦਸਾ ਵਾਪਰ ਸਕਦਾ ਹੈ। ਕੈਮਰਾਮੈਨ ਦਿਲੀਪ ਦੇ ਨਾਲ ਵਿਪਨ ਓਕਾੜਾ, ਜਗਬਾਣੀ ਟੀਵੀ, ਮੋਗਾ।